देश दुनिया की हर वड्डी खबर के लिए हमें डाउनलोड करो नंबर 1 न्यूज़ ऐप दैनिक सवेरा टाइम्स। ਅਸੀਂ ਇਸ ਸਮੇਂ ਚੰਡੀਗੜ੍ਹ ਸੈਕਟਰ 17 'ਚ ਖੜ੍ਹੇ ਹਾਂ। ਮੈਂ ਤੁਹਾਨੂੰ ਪਿਕਚਰ ਦਿਖਾ ਰਿਹਾ, ਮੇਰੇ ਪਿੱਛੇ ਬਹੁਤ ਭਾਰੀ ਸੰਖਿਆ 'ਚ ਚੰਡੀਗੜ੍ਹ ਪੁਲਿਸ ਦੀ ਜਿਹੜੀ ਮਹਿਲਾ ਕਰਮੀ ਹੈਗੇ ਆ ਉਹ ਖੜ੍ਹੇ ਨੇ ਔਰ ਬੈਰੀਗੇਡਸ ਲਗਾਏ ਹੋਏ ਨੇ। ਬੈਰੀਗੇਡਸ ਦੇ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੀ ਮਹਿਲਾ ਜਿਹੜੀ ਮਹਿਲਾ ਕਰਮੀ ਹੈ, ਮਹਿਲਾ ਕਾਂਸਟੇਬਲਸ ਹੈ, ਹੈੱਡ ਕਾਂਸਟੇਬਲ ਆ, ਉਹਨਾਂ ਨੇ ਬੈਰੀਗੇਡਸ ਲਗਾਏ ਹੋਏ ਨੇ। ਉਹ ਪੰਜਾਬ ਬੀਜੇਪੀ ਦੇ ਜਿਹੜੇ ਮਹਿਲਾ ਕਾਰਜਕਰਤਾ ਹੈ ਉਹਨਾਂ ਨੂੰ ਰੋਕ ਰਹੇ ਨੇ। ਜਿਹੜੇ ਮਹਿਲਾ ਕਾਰਜਕਰਤਾ ਹੈ ਉਹਨਾਂ ਦਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਉਹਨਾਂ ਨੇ ਪੰਜਾਬ CM ਦਾ ਜਿਹੜਾ ਰੈਜੈਂਸ ਹੈ ਉਹਨੂੰ ਘੇਰਾਵ ਦੀ ਚੇਤਾਵਨੀ ਦਿੱਤੀ ਹੋਈ ਹੈ, ਉਹਨੂੰ ਘੇਰਨ ਲਈ ਇੱਥੇ ਜਾਣਾ ਚਾਹੁੰਦੇ ਆ, ਲੇਕਿਨ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ। ਬੈਰੀਗੇਡਸ ਲਗਾਏ ਹੋਏ ਨੇ, ਬੈਰੀਗੇਡਸ ਦੇ ਰਾਹੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮਹਿਲਾ ਜਿਹੜੇ ਕਾਰਜਕਰਤਾ ਹੈ ਉਹ ਭਾਰੀ ਪੈ ਰਹੇ ਨੇ। ਜਿੱਦਾਂ ਮਹਿਲਾ ਕਾਰਜਕਰਤਾ ਨੇ ਬੈਰੀਗੇਡਸ ਤੋੜ ਦਿੱਤੇ ਨੇ ਔਰ ਅੱਗੇ ਵੱਧ ਰਹੇ ਨੇ। ਦੇਖੋ ਭਾਰੀ ਸੰਖਿਆ 'ਚ ਜਿਹੜੇ ਮਹਿਲਾ ਕਾਰਜਕਰਤਾ ਹੈ ਉਹ ਅੱਗੇ ਵੱਧ ਰਹੀਆਂ ਨੇ ਔਰ ਹਾਲਾਂਕਿ ਪੁਲਿਸ ਵੱਲੋਂ ਵੀ ਕਾਫੀ ਜੱਦੋਜਹਿਦ ਜਿਹੜੀ ਆ ਉਹ ਚੱਲ ਰਹੀ ਹੈ ਔਰ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਚੋਟ ਨਾ ਲੱਗੇ ਔਰ ਉਸਦੇ ਤਹਿਤ ਹੀ ਇਹਨਾਂ ਨੂੰ ਰੋਕਿਆ ਜਾਏ ਔਰ ਮਹਿਲਾ ਜਿਹੜੀ ਪੁਲਿਸ ਕਰਮੀ ਆ ਉਹਨਾਂ ਨੂੰ ਅੱਗੇ ਕੀਤੇ ਜਾ ਰਿਹਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਵਗੈਰਾ ਵੀ ਪੁਲਿਸ ਦੇ ਉੱਤੇ ਨਾ ਆਏ ਔਰ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਪਿੱਛੇ ਰਹਿ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਡਾਇਰੈਕਸ਼ਨ ਦੇ ਰਹੇ ਨੇ ਔਰ ਉਸੇ ਦੇ ਤਹਿਤ ਜਿਹੜੀ ਆ ਇਹ ਜਿਹੜੀ ਕਾਰਵਾਈ ਆ ਇਹ ਚੱਲ ਰਹੀ ਆ ਔਰ ਜਿਹੜੀ ਮਹਿਲਾ ਕਾਰਜਕਰਤਾ ਹੈ ਬੀਜੇਪੀ ਦੀਆਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਉਹਨਾਂ ਨੂੰ ਇੱਥੋਂ ਹੀ ਵਾਪਸ ਭੇਜਿਆ ਜਾ ਸਕੇ, ਇੱਥੋਂ ਹੀ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਔਰ ਉਸੇ ਕਾਰਵਾਈ ਦੇ ਤਹਿਤ ਬੈਰੀਗੇਡਸ ਲਗਾਏ ਹੋਏ ਆ, ਉਹਨਾਂ ਨੂੰ ਇੱਥੇ ਘੇਰਿਆ ਜਾ ਰਿਹਾ ਔਰ ਜਿਹੜੀ ਜੱਦੋਜਹਿਦ ਆ ਉਹ ਲਗਾਤਾਰ ਜਾਰੀ ਆ ਔਰ ਮਹਿਲਾ ਕਾਰਜਕਰਤਾ ਦਾ ਕਹਿਣਾ ਹੈ ਜੀ ਪੰਜਾਬ 'ਚ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਆ ਉਹ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਔਰ ਲੇਡੀਜ਼ ਜਿਹੜੀਆਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ, ਜਿਸ ਕਰਕੇ ਜਿਹੜਾ ਇਹ ਕਾਰਜਕ੍ਰਮ ਜਿਹੜਾ ਰੱਖਿਆ ਗਿਆ ਪੰਜਾਬ CM ਦਾ ਜਿਹੜਾ ਰੈਜੀਡੈਂਸ ਹੈ ਉਸਦਾ ਘਰਾਵ ਦਾ ਕਾਰਜਕ੍ਰਮ ਰੱਖਿਆ ਗਿਆ ਤਾਂ ਕਿ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਜਾ ਸਕੇ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਕਰੋ ਔਰ ਸਟੇਟ ਦੀ ਜਿਹੜੀ ਲੇਡੀਜ਼ ਹੈ ਉਹ ਉਹਨਾਂ ਦੇ ਖਿਲਾਫ ਹੈ। ਉਸੇ ਦੇ ਤਹਿਤ ਜਿਹੜੀ ਅੱਜ ਪੰਜਾਬ BJP ਦੀ ਬਹੁਤ ਭਾਰੀ ਸੰਖਿਆ 'ਚ ਜਿਹੜੀ ਲੇਡੀਜ਼ ਹੈਗੀਆਂ ਕਾਰਜਕਰਤਾ ਹੈਗੀਆਂ ਉਹ ਚੰਡੀਗੜ੍ਹ ਵਿੱਚ ਇਕੱਠੀਆਂ ਹੋਈਆਂ। ਇਹਨਾਂ ਦਾ ਕਾਰਜਕ੍ਰਮ ਸੀਗਾ ਸੈਕਟਰ 17 'ਚ ਜਿਹੜਾ ਸ਼ਿਵਾਲਿਕ ਹੋਟਲ ਹੈ, ਇੱਥੋਂ ਸੈਕਟਰ 2 ਤੱਕ ਜਾਣਾ ਜਿੱਥੇ ਪੰਜਾਬ CM ਦਾ ਰੈਜੀਡੈਂਸ ਹੈਗਾ, ਪਰ ਚੰਡੀਗੜ੍ਹ ਪੁਲਿਸ ਨੇ ਇੱਥੇ ਸੈਕਟਰ 17 'ਚ ਚਾਰੋਂ ਪਾਸੇ ਬੈਰੀਗੇਟਿੰਗ ਕੀਤੀ ਹੋਈ ਆ। ਬਹੁਤ ਭਾਰੀ ਸੰਖਿਆ 'ਚ ਪੁਲਿਸ ਵੱਲ ਤੈਨਾਤ ਹੈਗਾ, ਲੇਡੀਜ਼ ਪੁਲਿਸ ਵੱਲ ਤੈਨਾਤ ਹੈਗਾ, ਜਿਨ੍ਹਾਂ ਨੂੰ ਕਿਹਾ ਗਿਆ ਕਿ ਅੱਗੇ ਰਹਿ ਕੇ ਉਹ ਲੇਡੀਜ਼ ਨੂੰ ਰੋਕਣ। ਬੈਰੀਗੇਡਸ ਲਗਾਏ ਹੋਏ ਨੇ, ਬੈਰੀਗੇਡਸ ਦੇ ਤਹਿਤ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਜੱਦੋਜਹਿਦ ਚੱਲ ਰਹੀਆਂ ਅਤੇ ਪਿੱਛੇ ਹਾਲਾਂਕਿ ਵਾਟਰ ਕੈਨਨ ਔਰ ਆਂਸੂ ਗੈਸ ਦੇ ਗੋਲੇ ਛੱਡਣ ਲਈ ਦੂਜੇ ਵੀ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਕਰਮੀ ਆ ਜਾਂ ਗੱਡੀਆਂ ਹੈਗੀਆਂ ਉਹ ਤੈਨਾਤ ਹੈਗੀਆਂ, ਪੁਲਿਸ ਦੀ ਇਹ ਬੱਸ ਜਿਹੜੀਆਂ ਉਹ ਵੀ ਤੈਨਾਤ ਹੈਗੀਆਂ ਤਾਂ ਕਿ ਇਹਨਾਂ ਨੂੰ ਅਰੈਸਟ ਕਰਕੇ ਇੱਥੋਂ ਲਿਜਾਇਆ ਜਾ ਸਕੇ। ਮੇਰੇ ਕੈਮਰਾਮੈਨ ਦਿਖਾ ਰਹੇ ਨੇ ਜਿੱਦਾਂ ਇਹ ਵਟਸਾ ਹੈਗੀ ਹੈ ਜਿਹੜੀ ਕਿ ਆਂਸੂ ਗੈਸ ਦੇ ਗੋਲੇ ਛੱਡਦੀ ਹੈ ਤਾਂ ਕਿ ਜਦੋਂ ਅਪ੍ਰਿਯ ਘਟਨਾ ਹੁੰਦੀ ਆ ਤਾਂ ਭੀੜ ਨੂੰ ਖਦਰ ਬਦਰ ਕਰਨ ਲਈ ਆਂਸੂ ਗੈਸ ਦੇ ਗੋਲੇ ਛੱਡੇ ਜਾਂਦੇ ਆ। ਦੂਜੀ ਜਿਹੜੀ ਗੱਡੀ ਹੈਗੀ ਆ ਇਹ ਵਾਟਰ ਕੈਨਨ ਹੈਗੀ ਹੈ, ਵਾਟਰ ਦੇ ਪ੍ਰੈਸ਼ਰ ਨਾਲ ਪਾਣੀ ਦੇ ਪ੍ਰੈਸ਼ਰ ਨਾਲ ਭੀੜ ਨੂੰ ਖਦੇੜਨ 'ਚ ਇਸਦਾ ਯੂਜ਼ ਕੀਤਾ ਜਾਂਦਾ, ਇਸ ਨੂੰ ਯੂਜ਼ ਕੀਤਾ ਜਾਂਦਾ, ਪਾਣੀ ਨੂੰ ਯੂਜ਼ ਕੀਤਾ ਜਾਂਦਾ, ਬੜੇ ਪ੍ਰੈਸ਼ਰ ਨਾਲ ਜਿਹੜਾ ਇਹ ਗੱਡੀ ਪਾਣੀ ਸਿੱਟਦੀ ਆ, ਜਿਸ ਕਰਕੇ ਮਤਲਬ ਕਿ ਭੀੜ ਤਿੱਤਰ ਬਿੱਤਰ ਕਰਨ ਲਈ ਇਸਦਾ ਮੇਨਲੀ ਯੂਜ਼ ਹੁੰਦਾ ਔਰ ਬੈਰੀਗੇਡਸ ਹੈ। ਹਾਲੇ ਇਸਦਾ ਯੂਜ਼ ਕਰਨ ਦਾ ਕੋਈ ਫੈਸਲਾ ਨਹੀਂ ਹੋਇਆ, ਹਾਲੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਤਰ੍ਹਾਂ ਬੈਰੀਗੇਡਸ ਦੇ ਨਾਲ ਹੀ ਕੰਮ ਚਲਾਇਆ ਜਾ ਸਕੇ ਔਰ ਇਹਨਾਂ ਦੀ ਜ਼ਰੂਰਤ ਨਾ ਪਵੇ, ਵਾਟਰ ਕੈਨਨ ਦੀ ਜ਼ਰੂਰਤ ਨਾ ਪਵੇ, ਆਂਸੂ ਗੈਸ ਦੀ ਜ਼ਰੂਰਤ ਨਾ ਪਵੇ, ਕਿਸੇ ਪ੍ਰਕਾਰ ਦੇ ਲਾਠੀਚਾਰਜ ਦੀ ਜਿਹੜੀ ਆ ਜ਼ਰੂਰਤ ਨਾ ਪਵੇ ਔਰ ਲੇਡੀਜ਼ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ, ਇਹ ਇੱਧਰ ਦਿਖਾਵੇ, ਦੇਖੋ ਕਿੱਦਾਂ ਮੀਡੀਆ ਵਾਲੇ ਜਿਹੜੇ ਆ ਉਹ ਆਪਣੀ ਡਿਊਟੀ ਨਿਭਾ ਰਹੇ ਨੇ। ਇੰਨੇ ਸਟਰਗਲ ਦੇ ਬਾਵਜੂਦ ਸਾਰੇ ਮੀਡੀਆ ਕਰਮੀ ਜਿਹੜੇ ਆ ਉਹ ਆਪਣੀ ਡਿਊਟੀ 'ਤੇ ਉਸੇ ਤਰ੍ਹਾਂ ਤੈਨਾਤ ਨੇ, ਜਿਸ ਤਰ੍ਹਾਂ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਆ ਉੱਦਾਂ ਹੀ ਮੀਡੀਆ ਕਰਮੀ ਜਿਹੜੇ ਆ ਉਹ ਵੀ ਆਪਣੀ ਡਿਊਟੀ ਨਿਭਾ ਰਹੇ ਨੇ, ਆਪਣੇ ਆਪ ਨੂੰ ਸਾਈਡ ਰੱਖ ਕੇ ਸੇਫ ਰੱਖ ਕੇ ਜਿਹੜੇ ਆ ਉਹ ਆਪਣੀ ਡਿਊਟੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਜਿਹੜੀ ਇਹ ਜੱਦੋਜਹਿਦ ਹੈ ਇਹ ਲਗਭਗ ਜਿਹੜੀ ਆ ਉਹ ਢਿੱਲੀ ਪੈਂਦੀ ਨਜ਼ਰ ਆ ਰਹੀ ਆ ਔਰ ਇਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਅਰੈਸਟ ਕਰਕੇ ਬੱਸਾਂ 'ਚ ਭਰ ਕੇ ਸੈਕਟਰ 34 ਦੇ ਪੁਲਿਸ ਥਾਣੇ ਲੈ ਕੇ ਜਾਏਗੀ, ਉੱਥੇ SDM ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਫਿਰ ਉਹ SDM ਦੀ ਮਰਜ਼ੀ ਆ ਕਿ ਉਹ ਉਹਨਾਂ ਨੂੰ ਰਿਲੀਜ਼ ਕਰਦੇ ਆ ਜਾਂ ਕਿ ਜੇਲ੍ਹ ਭੇਜਦੇ ਆ।
हालांकि SHO साहब और जड़े सैक्टर 17 के SHO ने राम रतन जी वो देखो किस तरह जदों याद करते नज़र आ रहे ने और लेडीज़ नू रोकने की कोशिश कर रहे ने उन्हां नाल भारी संख्या जड़े पुलिसकर्मी है लेडीज़ पुलिसकर्मी है वो तैनात ने और कोशिश की जा रही है किसी तरह इन्हां नू रोकया जा सके इन्हां जड़े महिला कार्यकर्ता है BJP दियां इन्हां नू रोकया जा सके जड़ा महिला मोर्चा उन्होंने कार्यकर्ता उन्होंने रोकया जा सके इस अलग अलग जिले दियाँ पंजाब के वक् वक् जिले तो जी लेडीज़ है वो कट्ठे हो के चंडीगढ़ आई हुई हैं और उन्होंने एक ही गल है उन्होंने कहना है कि पंजाब जड़े रेप के केसिज है वह बढ़ रहे हैं लेडीज़ नाल जी वारदात है वह बढ़ रही हैं जी 6 साल की बच्ची ना रेप होया बाद उन्होंने जला के मार दिता इस तरह की घटना जड़ियाँ सामने आ रही हैं दलित जड़े वजीफे सीगे दलित की जड़ी स्कॉलरशिप सीगी उस जड़ा कपला होया जिस करके दलित जड़े है बच्चे वो भी अपने आप में सुरक्षित कह रहे हैं ये सारिया कई चीज़ा है जिन्होंने लैके ये लेडीज़ जड़ियाँ प्रदर्शन कर रही हैं लेडीज़ की जड़ी पुलिस नाल जदोजहद सी वो लगभग रुक गई है हुण इन्हों रैसट करके इतों सैक्टर 34 ले जाया जाएगा मैं दिनेश गोयल कैमरामैन प्रवीण पांडे के दैनिक सवेरा TV लिए चंडीगढ़ तो All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648